ਅੱਜ ਸਵੇਰ ਤੋਂ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ, ਪਰ ਉੱਥੇ ਹੀ ਅਜਨਾਲਾ ਦੇ ਪਿੰਡ ਲੱਖੂਵਾਲ ਵਿਖੇ ਉਸ ਵੇਲੇ ਸਨਾਟਾ ਛਾ ਗਿਆ ਜਦੋਂ ਉੱਥੇ ਠਾਹ ਠਾਹ ਗੋਲੀਆਂ ਚੱਲ ਪਈਆਂ ਅਤੇ ਇਸ ਦੌਰਾਨ ਆਮ ਆਦਮੀ ਪਾਰਟੀ ਦਾ ਆਗੂ ਗੋਲੀਆਂ ਨਾਲ ਭੁੰਨ ਕੇ ਰੱਖ ਦਿੱਤਾ, ਜਿਸ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਵੀ ਭਾਜੜਾਂ ਪੈ ਗਈਆਂ ਅਤੇ ਮਾਹੌਲ ਕਾਫ਼ੀ ਤਣਾਅਪੂਰਨ ਹੋਇਆ। ਮਾਮਲਾ ਬੀਤੀ ਦੇਰ ਸ਼ਾਮ ਦਾ, ਜਦੋਂ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਦੇ ਵੱਲੋਂ ਸ਼ਰੇਆਮ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਦੀਪਿੰਦਰ ਸਿੰਘ ਦੀਪੂ ਸਰਕਾਰੀ ਅਤੇ ਉਹਨਾਂ ਦੇ ਸਾਥੀ 'ਤੇ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ, ਜਿਸ ਦੌਰਾਨ ਦੀਪਿੰਦਰ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਉਹਨਾਂ ਦੇ ਚਾਰ ਸਾਥੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਅਜਨਾਲਾ ਦੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਇਸ ਮੌਕੇ ਤੇ ਜ਼ਖਮੀਆਂ ਨੇ ਗੱਲਬਾਤ ਕਰਦੇ ਹੋਏ ਸਾਰੀ ਹੱਡਬੀਤੀ ਸੁਣਾਈ। ਅਸੀਂ ਵੇਲੀ ਬੈਠੇ ਆਪਣੀ, ਕਿਹਦੀ ਵੇਲੀ ਬੈਠੇ? ਦੀਪੂ ਲਖਵਾਲੀ ਦੇ। ਅੱਛਾ ਜੀ। ਦੋ ਮੁੰਡੇ ਆਏ ਮੋਟਰਸਾਈਕਲ ਦੇ, ਅਸੀਂ ਕਿਹਾ ਚੱਲ ਮਿਲਣਾ, ਉਹ ਬੰਨੇ ਆਉਂਦੇ ਫੈਰ ਠਾ 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 ਕਰਾਂਗੇ। ਘਰ ਕਿੰਨੇ ਜਣੇ ਆਏ ਸੀ? ਦੋ ਜਣੇ। ਅੱਛਾ ਜੀ। ਹਾਂਜੀ। ਕੀ ਕਦੋਂ ਗੋਲੀਆਂ ਮਾਰੀਆਂ ਉਹਨਾਂ ਨੇ? ਪਿਸਟਲ ਦਾ ਪਤਾ ਨਹੀਂ ਕਿਹੜਾ ਦਾ ਮਾਰਿਆ ਇਹਨਾਂ, ਪਿਸਟਲ ਦਾ ਬਾਰੇ ਪਤਾ ਨਹੀਂ, ਗੋਲੀਆਂ ਮਾਰੀਆਂ ਉਸ ਕੀ ਹਾਲ ਬਣਾ ਗਿਆ। ਕਿੰਨੇ ਕਿੰਨੇ ਜਣੇ ਗੋਲੀਆਂ ਲੱਗੀਆਂ? 5-6 ਜਣੇ ਹੋਣੇ ਆ। ਅੱਛਾ ਜੀ। ਚਾਰ ਜਣੇ ਪੰਜ। ਪਤਾ ਨੀ ਮੇਰੇ ਇਧਰ ਬਹੁਤ ਮਾੜਾ ਹਾਲ ਆ, ਮੇਰੇ ਹੱਥ ਲੱਗੀ ਗੋਲੀਆਂ ਪੱਟਾਂ ਦੇ। ਕੀ ਮੰਗ ਕਰਦੇ ਜੀ? ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ, ਇਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਇਹਨਾਂ ਬੰਦਿਆਂ ਨੂੰ। ਮੇਰਾ ਸੁਖਚੰਦਜੀਤ ਨਾਂ ਹੈ ਵੀਰ ਜੀ। ਕਿਹੜਾ ਪਿੰਡ ਹੈ ਜੀ? ਲੱਖੂਵਾਲ ਵੀਰ ਜੀ। ਕੀ ਗੱਲ ਹੈ ਵੀਰ ਜੀ? ਬਹੁਤ ਜ਼ਿਆਦਾ ਵੀਰ ਜੀ ਰਮਾਨ ਨਾਲ ਆਪਣੇ ਬੈਠੇ ਆ, ਵੇਲੀ ਵੀ ਦੀਪੂ ਵੀਰ ਜੀ ਤੇ ਵੇਲੀ ਬੈਠੇ ਆ, ਬਹੁਤ ਜ਼ਿਆਦਾ ਧੱਕਾ ਛਰੇ ਆ ਮਾਣ ਕੇ ਸਾਡੇ ਗੋਲੀਆਂ ਮਾਰ ਕੇ, ਚਲ ਪਤਾ ਨੀ ਲੱਗਾ ਵੀਰ ਜੀ, ਜੇ ਪਤਾ ਹੁੰਦਾ ਤੇ। ਦੋ ਜਣੇ ਆਇਆ ਕੇ ਠਾਹ ਠਾਹ ਕਰਕੇ ਗੋਲੀਆਂ ਸਿੱਧੀਆਂ ਮਾਰ ਗਿਆ ਵੀਰ ਜੀ, ਇੰਨਾ ਜੇ ਪਤਾ ਹੀ ਨੀ ਲੱਗਣ ਦੇ ਤਾਂ। ਬਹੁਤ ਜ਼ਿਆਦਾ ਧੱਕਾ ਸਾਡੇ ਨਾ ਲੱਖੂਵਾਲ ਚ, ਬਹੁਤ ਜ਼ਿਆਦਾ ਧੱਕਾ, ਸਾਡਾ ਭਰਾ ਦੇ ਸਿੱਧੀਆਂ ਗੋਲੀਆਂ ਮਾਰੀਆਂ, ਆ ਵੇਖ ਲਓ ਤੁਹਾਡੇ ਸਾਹਮਣੇ, ਆ ਵੇਖੋ। ਕੀ ਮੰਗ ਕਰਦੇ ਜੀ? ਇਨਸਾਫ ਹੋਣਾ ਚਾਹੀਦਾ, ਕਦੀ ਇਹੋ ਜਿਹਾ ਕੰਮ ਨਹੀਂ ਹੋਇਆ, ਕਦੀ ਨਹੀਂ ਹੋਇਆ ਇਹੋ ਜਿਹਾ ਕੰਮ। ਦੋ ਜਣੇ ਆਏ ਜੀ। ਕੀ ਗੱਲ ਹੋਈ ਸਾਰੀ? ਗੱਲ ਆਈ ਬੈਠੇ ਇਕੱਠੇ ਹੋ ਗਏ ਤੇ ਪਿੱਛੋਂ ਦੀ ਆਏ ਨੇ ਬੰਦੇ, ਅੱਜ ਆ ਕੇ ਜਾ ਰਹੇ ਹੋ ਗਏ। ਬੜੀ ਇਹ ਅਨਫੋਰਚੁਨੇਟ ਇੰਸੀਡੈਂਟ ਆ, ਮਾੜੀ ਘਟਨਾ ਹੋਈ ਆ ਜੀ। ਅਤੇ ਪਿੰਡ ਦੇ ਵਿੱਚ ਤਕਰੀਬਨ 8:15 ਦੇ ਕਰੀਬ ਮੋਟਰਸਾਈਕਲ 'ਤੇ ਲੜਕੇ ਆਏ ਅਤੇ ਦੀਪਿੰਦਰ ਇੱਥੇ ਬੈਠੇ ਸੀ ਆਪਣੇ ਹੋਰ ਸਾਥੀਆਂ ਨਾਲ, ਇਹਨਾਂ ਨੂੰ ਗੋਲੀਆਂ ਮਾਰੀਆਂ, ਇਹਨਾਂ ਦੀਪਿੰਦਰ ਦੀ ਡੈਥ ਹੋ ਜਾਂਦੀ ਆ ਅਤੇ ਚਾਰ ਹੋਰ ਜ਼ਖਮੀ ਹੁੰਦੇ ਆ ਜੀ। ਉਹਨਾਂ ਜ਼ੇਰੇ ਇਲਾਜ ਆ ਹੋਸਪਿਟਲ 'ਚ। ਅਸੀਂ ਕੇਸ ਹੁਣ ਇਹਦਾ FIR ਰਜਿਸਟਰ ਕਰਕੇ ਇਹਦੀ ਇਨਵੈਸਟੀਗੇਸ਼ਨ ਅਸੀਂ ਸ਼ੁਰੂ ਕਰਤੀ ਆ, ਛੇਤੀ ਮੁਲਜ਼ਮਾਂ ਨੂੰ ਲੱਭਾਂਗੇ ਵੀ, ਔਰ ਉਹਨਾਂ ਦੇ ਕਾਨੂੰਨ ਅਨੁਸਾਰ ਉਹਨਾਂ ਦੇ ਬੰਦੇ ਅੰਜਾਮ ਤੱਕ ਵੀ ਪਹੁੰਚਾਉਣਾ। ਕਿੰਨੇ ਮੋਟਰਸਾਈਕਲਾਂ ਤੇ ਆਏ ਸੀ? ਦੋ ਮੋਟਰਸਾਈਕਲ ਸੀ ਜੀ, ਹਲੇ ਬੜਾ ਇਨੀਸ਼ੀਅਲ ਇਨਵੈਸਟੀਗੇਸ਼ਨ ਆ, ਹੁਣ ਬਾਕੀ ਸਾਰਾ ਅਸੀਂ ਡਿਟੇਲ ਕਰਕੇ ਕਰ। ਕਿਹੜੇ ਹਥਿਆਰ ਲੱਗਦੇ ਆ, ਕਿਉਂਕਿ ਜਿਸ ਤਰੀਕੇ ਨਾਲ ਹਥਿਆਰ ਰਿਵਾਲਵਰ ਪਿਸਟਲ ਹੀ ਹੈ ਜੀ, ਹੁਣ ਬਾਕੀ ਅਸੀਂ ਸਾਰਾ, ਕਿਉਂਕਿ ਥੋੜੀ ਦੇਰ ਪਹਿਲਾਂ ਦੀ ਗੱਲ ਆ, ਸਾਰਾ ਅਸੀਂ ਇਹਨੂੰ ਇਨਵੈਸਟੀਗੇਟ ਕਰਕੇ ਫਿਰ ਅੱਗੇ ਅਸੀਂ ਲੱਗੇ ਜਾਵਾਂਗੇ। ਇਸ ਮੌਕੇ ਘਟਨਾ ਸਥਾਨ ਤੇ ਜਾਇਜ਼ਾ ਲੈਣ ਪਹੁੰਚੇ SSP ਅੰਮ੍ਰਿਤਸਰ ਦਿਹਾਤੀ ਸਤਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਲੱਖੋਵਾਲ ਪਿੰਡ ਦੇ ਵਿੱਚ ਸ਼ਰੇਆਮ ਨੌਜਵਾਨਾਂ ਤੇ ਫਾਇਰਿੰਗ ਹੋਈ ਹੈ, ਜਿਸ ਦੌਰਾਨ ਮੌਕੇ ਤੇ ਪਹੁੰਚੇ
ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਖੈਰ ਇੱਕ ਪਾਸੇ ਤਾਂ ਲੋਕ ਸਭਾ ਚੋਣਾਂ ਨੇ ਤੇ ਦੂਸਰੇ ਪਾਸੇ ਗੋਲੀ ਚੱਲਣ ਨਾਲ ਮਾਹੌਲ ਕਾਫੀ ਤਣਾਅਪੂਰਨ ਹੋਇਆ। ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।